ਹਾਂਜੀ ਦੋਸਤੋ, ਸਵਾਗਤ ਹੈ ਪਿੰਡ ਤੜਕਾ ਟੀਵੀ ਚੈਨਲ ਤੇ। ਤੇ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਵੀ ਕਈ ਵਾਰ ਕੀ ਹੁੰਦਾ, ਪਸ਼ੂਆਂ ਦੇ ਥਣ ਦੇ ਵਿੱਚ ਖੂਨ ਆਉਂਦਾ ਦੁੱਧ ਦੇ ਨਾਲ। ਬਹੁਤ ਫੋਨ ਕਾਲ ਆਉਂਦੀਆਂ ਵੀ ਬਾਈ ਕੋਈ ਗੰਢ ਨਹੀਂ ਗੀ, ਕੋਈ ਕੁਛ ਨਹੀਂ ਗਾ, ਤੇ ਦੁੱਧ ਦੇ ਵਿੱਚ ਨਾ ਖੂਨ ਆ ਰਿਹਾ। ਬਹੁਤ ਕੋਸ਼ਿਸ਼ ਕੀਤੀ ਸੀ ਇਹ ਨੁਕਤਾ ਲੈਣ ਦੀ, ਬਹੁਤ ਔਖਾ ਨੁਕਤਾ ਮੈਨੂੰ ਇਹ ਮਿਲਿਆ ਗਾ। ਬਹੁਤ ਕਈ ਕਾਫੀ ਟਾਈਮ, ਮਹੀਨੇ ਵਾਂਗੂ ਹੋ ਗਿਆ ਮੈਨੂੰ ਲੱਭੀ ਜਾਂਦੇ ਨੂੰ, ਤੇ ਮੈਨੂੰ ਖੁਸ਼ੀ ਵੀ ਹੈ ਇਸ ਚੀਜ਼ ਦੀ ਵੀ ਮੈਨੂੰ ਨੁਕਤਾ ਮਿਲਿਆ। ਤਾਂ ਮੈਂ ਤੁਹਾਡੇ ਸਾਹਮਣੇ ਨੁਕਤਾ ਲੈ ਕੇ ਪੇਸ਼ ਹੋਇਆ, ਤੁਹਾਡੀ ਕਚਹਿਰੀ ਦੇ ਵਿੱਚ ਆਇਆ, ਹੈ ਨਾ। ਤੇ ਮੈਨੂੰ ਕਿਤੇ ਨਾ ਕਿਤੇ ਇਹ ਚੀਜ਼ ਦਾ ਵੀ ਹੈ ਵੀ ਲੋਕ ਮੈਨੂੰ ਕਮੈਂਟ ਕਰਦੇ ਜਾਂ ਫੋਨ ਕਰਦੇ ਆ, ਹੈ ਨਾ, ਤਾਂ ਮੈਨੂੰ ਪੁੱਛਦੇ ਆ, ਜੇ ਮੇਰੇ ਤੇ ਵਿਸ਼ਵਾਸ ਕਰਦੇ ਆ, ਯਕੀਨ ਕਰਦੇ ਆ, ਤਾਂ ਹੀ ਮੈਨੂੰ ਪੁੱਛਦੇ ਆ। ਤੇ ਮੇਰੀ ਕੋਸ਼ਿਸ਼ ਇਹੀ ਹੁੰਦੀ ਆ ਵੀ ਨੁਕਤਾ ਮੈਂ ਉਹੋ ਜਿਹੇ ਬੰਦੇ ਤੋਂ ਲੈ ਕੇ ਆਵਾਂ ਜਿਹਦੇ ਤੇ ਭਰੋਸਾ ਕੀਤਾ ਜਾ ਸਕੇ, ਹੈ ਨਾ। ਤਾਂ ਆਪਾਂ ਜ਼ਿਆਦਾ ਟਾਈਮ ਨਹੀਂ ਲੈਂਦੇਗੇ, ਤੁਹਾਨੂੰ ਨੁਕਤਾ ਦੱਸ ਦਿਆਂਗੇ, ਪੈਨ ਕਾਪੀ ਨੇੜੇ ਕਰ ਲਓ। ਕੀ ਕੀ ਚੀਜ਼ਾਂ ਲੈਣੀਆਂ ਆਪਾਂ? ਮਿੱਠਾ ਸੋਡਾ 50 ਗ੍ਰਾਮ, ਕਾਲੀ ਜੀਰੀ 50 ਗ੍ਰਾਮ, ਦੇਸੀ ਘਿਓ 50 ਗ੍ਰਾਮ, ਡਿਟੋਲ 25 ml ਤੇ ਗੁੜ 100 ਗ੍ਰਾਮ। ਡਿਟੋਲ ਜਿਹੜੀ 25 ml ਦੱਸੀ ਆ, ਇਹ ਡਿਟੋਲ ਆਮ ਹੀ ਡਿਟੋਲ ਹੈ ਜਿਹੜੀ ਆਪਾਂ ਹੈਂਡ ਵਾਸ਼ ਕਰਨ ਦੇ ਲਈ ਯੂਜ਼ ਕਰਦੇ ਹਾਂ, ਜਾਂ ਕਈ ਫਿਰ ਕੱਪੜਿਆਂ ਦੇ ਵਿੱਚ ਪਾਉਂਦੇ ਹਾਂ, ਨਾ, ਆਮ ਹੀ ਡਿਟੋਲ ਹੁੰਦੀ ਜਿਹੜੀ ਆਪਣੀ, ਉਹੀ ਲੈਣੀ ਆ ਆਪਾਂ 25 ml। ਇਹ ਜਿਹੜੀ ਤੁਹਾਨੂੰ ਮਾਤਰਾ ਦੱਸੀ ਹੈ, ਇਹ ਸਾਰੀ ਮਾਤਰਾ ਇੱਕ ਖੁਰਾਕ ਦੀ ਹੈ, ਤੇ ਆਪਾਂ ਇਹ ਪਸ਼ੂ ਨੂੰ 3-4 ਦਿਨ ਦੇ ਸਕਦੇ ਹਾਂ। 3-4 ਦਿਨ ਇਹ ਆਪਾਂ ਦਵਾਈ ਦਿੱਤੀ ਹੈ ਜੇ ਪਸ਼ੂ ਨੂੰ ਆਪਣੇ ਨੂੰ, ਤਾਂ ਆਪਣੇ ਪਸ਼ੂ ਦੇ ਜਿਹੜੇ ਦੁੱਧ ਦੇ ਵਿੱਚ ਖੂਨ ਆ ਰਿਹਾ ਉਹ ਬਿਲਕੁਲ ਠੀਕ ਹੋ ਜਾਊਗਾ। ਇੱਕ ਆਪਾਂ ਨਿੱਕਾ ਜਿਹਾ ਨੁਕਤਾ ਤੁਹਾਨੂੰ ਹੋਰ ਦੱਸਦਾ ਮੈਂ, ਇਸੇ ਦੇ ਨਾਲ ਹੀ ਐਡ ਕਰ ਸਕਦੇ ਹਾਂ। ਅੱਡ ਦੇਣਾ ਅੱਡ ਦੇ ਸਕਦੇ ਹਾਂਗੇ। ਆਪਾਂ ਫਟਕੜੀ ਲੈਣੀ ਆ, 3 ਕੁ ਗ੍ਰਾਮ ਫਟਕੜੀ ਨੂੰ ਤਵੇ ਦੇ ਉੱਪਰ ਨਾ ਖਿੱਲ ਕਰ ਲੈਣਾ। ਤਵੇ ਦੇ ਉੱਪਰ ਖਿੱਲ ਕਰਕੇ ਉਹਦੇ ਵਿੱਚ ਨਿੰਬੂ ਲੈ ਲੈਣੇ ਆਪਾਂ, 7 ਨਿੰਬੂ ਲੈ ਕੇ ਉਹਨਾਂ ਨੂੰ ਆਪਾਂ ਵਿਚਕਾਰ ਤੋਂ ਕੱਟ ਲੈਣਾ। ਕੱਟ ਕੇ ਵਿੱਚ ਆਪਾਂ ਉਹ ਰੱਖ ਲੈਣੇ ਆਗੇ, ਤੇ ਰੋਗਕ ਜਿਹੜੀ ਆਪਾਂ ਇੱਕ ਬਟਲਗਾ ਕਹਿ ਦਿੰਦੇ ਜਾਂ ਛੋਟਾ ਥੋੜਾ ਜਿਹਾ ਰੋਗਕ ਪੱਠਿਆਂ ਦਾ ਲੈ ਲੈਣਾ ਆਪਾਂ, ਤੇ ਉਹਦੇ ਵਿੱਚ ਆਪਾਂ ਇਹ ਐਡ ਕਰਕੇ ਚੀਜ਼ਾਂ 4 ਕੁ ਦਿਨ ਦੇਣੇ ਆਪਾਂ ਇਹ ਚੀਜ਼ਾਂ। ਇਹ 1 ਦਿਨ ਦੀ ਖੁਰਾਕ ਹੀ ਇਹ ਦੱਸੀ ਆਪਾਂ, ਫਟਕੜੀ ਤੇ ਨਿੰਬੂ ਆਪਾਂ 4 ਕੁ ਦਿਨ ਇਹ ਪੱਠਿਆਂ 'ਚ ਪਾ ਕੇ ਦੇਣੇ ਆ, ਤੇ ਇਹਦੇ ਨਾਲ ਵੀ ਬਹੁਤ ਵਧੀਆ ਰਿਜ਼ਲਟ ਮਿਲੂਗਾ ਆਪਾਂ ਨੂੰ। ਜਿਹੜਾ ਆਪਣਾ ਥਣਾਂ ਦੇ ਵਿੱਚੋਂ ਦੁੱਧ ਦੇ ਨਾਲ ਮਿਕਸ ਹੋ ਕੇ ਖੂਨ ਆਉਂਦਾ ਹੈ, ਤਾਂ ਉਹਦੇ ਲਈ ਇਹ ਬਹੁਤ ਵਧੀਆ ਰਿਜ਼ਲਟ ਹੈ। ਨੁਕਤਾ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਹਾਡੇ ਕੋਲ ਕੋਈ ਨੁਕਤਾ ਹੈ ਤਾਂ ਵੀ ਤੁਸੀਂ ਕਮੈਂਟ ਕਰਕੇ ਦੱਸਿਓ। ਤੇ ਇੱਕ ਆਪਾਂ ਮਿੱਠਾ ਸੋਡਾ ਜਿਹੜਾ ਇਹ ਆਪਾਂ ਲਗਾਤਾਰ ਵੀ ਪਿਆ ਸਕਦੇ ਹਾਂ, ਡੇਲੀ ਦਾ 50 ਗ੍ਰਾਮ ਪਾਣੀ ਦੇ ਵਿੱਚ ਪਾ ਕੇ 25 ਗ੍ਰਾਮ ਦੇ ਦਿਓ, 30 ਗ੍ਰਾਮ ਦੇ ਦਿਓ, ਆਪਾਂ ਡੇਲੀ ਦਾ ਐਡ ਕਰ ਸਕਦੇ ਹਾਂ। ਆਪਾਂ ਡੇਲੀ ਪਸ਼ੂ ਨੂੰ ਪਾਣੀ ਦੇ ਵਿੱਚ ਪਾ ਕੇ ਮਿੱਠਾ ਸੋਡਾ ਦੇ ਸਕਦੇ ਹਾਂ ਡੇਲੀ। ਇਹਦੇ ਨਾਲ ਪਸ਼ੂ ਨੂੰ ਜਿਹੜੀ ਥਣਾਂ ਦੀ ਸਟੇਟਸ ਆ, ਜਿਵੇਂ ਇਸ ਬਿਮਾਰੀ ਦੀ ਲੱਗਣ ਦੇ ਬਹੁਤ ਘੱਟ ਚਾਂਸ ਰਹਿ ਜਾਂਦੇ ਆ, ਨਾ ਮਾਤਰ ਚਾਂਸ ਹੋ ਜਾਂਦੇ ਆ, ਤੇ ਆਪਾਂ ਮਿੱਠਾ ਸੋਡਾ ਤਾਂ ਐਡ ਕਰ ਸਕਦੇ ਹਾਂ ਹਰ ਵਕਤ ਪਾਣੀ ਦੇ ਵਿੱਚ। ਜੁੜੇ ਰਹੋ ਪਿੰਡ ਤੜਕਾ ਟੀਵੀ ਚੈਨਲ ਦੇ ਨਾਲ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ, ਨਵੇਂ ਨੁਕਤੇ ਦੇ ਨਾਲ। ਤਦ ਤੱਕ ਲਈ ਦਿਓ ਇਜਾਜ਼ਤ, ਧੰਨਵਾਦ ਜੀ।